ਮੇਰੇ ਰੰਗਲੇ ਪੰਜਾਬ ਦੇ ਵਿੱਚ ਮੌਸਮ ਦਾ ਹਾਲ ਕੁਛ ਇਸ ਤਰ੍ਹਾਂ ਹੈ ਵੀ ਅੱਜ ਸ਼ਕੀਨਾਂ ਦੀ ਬਾਰਿਸ਼ ਹੋ ਰਹੀ ਹੈ। ਵੈਲ ਐਜ਼ ਯੂ ਕੈਨ ਸੀ ਕਿ ਅਸੀਂ ਇੱਕ ਹੋਰ ਸ਼ਕੀਨ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਨਾਮ ਹੈ ਇਹਨਾਂ ਦਾ ਬਹਾਦਰ ਸਿੰਘ। ਬਹਾਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਦੱਸੋ ਵੀ ਇਹ ਸ਼ੌਕ ਪਹਿਲਾਂ ਕਿਵੇਂ ਪਿਆ? ਮੈਨੂੰ ਬਚਪਨ ਤੋਂ ਸੀਗਾ ਜੀ, ਮਤਲਬ ਮੈਂ ਚੱਪਲ ਦੇ ਨਾਲ ਕੱਟ ਕੇ ਟਰੈਕਟਰ ਤਿਆਰ ਕਰਦਾ ਸੀਗਾ। ਉਹ ਅਸੀਂ ਵੀ ਪਿੰਡਾਂ ਦੇ ਵਿੱਚ ਤੇ ਉਹ ਸ਼ੀਸ਼ੀ ਦੀਆਂ ਡਾਟੀਆਂ ਦੇ ਉੱਤੇ ਉਹ ਜਿਹੜੇ ਰਬੜ ਦੇ ਉਹ ਗੋਲੇ ਗੋਲ ਹੁੰਦੇ ਸੀ, ਉਹਦੇ ਟਾਇਰ ਵੱਢਦੇ ਹੁੰਦੇ ਸੀ ਯਾਰ। ਉਸ ਤੋਂ ਬਾਅਦ ਮੈਂ ਕਿਹਾ ਵੀ ਕੁਛ ਇਹੋ ਜਿਹਾ ਕਰਕੇ ਦਿਖਾਈ ਜਿਵੇਂ ਵੱਡੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਮਿਲਦੀਆਂ, ਉਵੇਂ ਛੋਟੀਆਂ ਚੀਜ਼ਾਂ ਤੋਂ ਕੰਮ ਕਰਵਾਇਆ ਜਾਵੇ। ਜਿਵੇਂ ਕੂਲਰ, ਆਮ ਕੂਲਰ ਦੀ ਤਰ੍ਹਾਂ ਹਵਾ ਵੀ ਦਿੰਦਾ, ਪਾਣੀ ਵੀ ਚੱਲਦਾ ਜੀ। ਉਹ ਵਾਟਰਵਰਕਸ ਦਾ ਮਾਡਲ ਆ, ਉਹਦੇ 'ਚ ਮੋਟਰ ਲੱਗੀ ਹੈ, ਟੈਂਕੀ ਹੈ, ਡਿੱਗੀ ਬਣੀ ਹੈ ਜੀ। ਅਤੇ ਮਤਲਬ ਇਹ ਪੱਖਾ ਹੈਗਾ, ਇੱਕ ਜਣੇ ਨੂੰ ਪੂਰੀ ਹਵਾ ਦਿੰਦਾ, ਉਹ ਸੀਲਿੰਗ ਫੈਨ ਹੈ ਜੀ। ਇਹ ਆਪਣਾ ਕਿਚਨ ਫੈਨ ਹੈ, ਇਹ ਟੁੱਲੂ ਪੰਪ ਹੈ ਜੀ। 1 ਮਿੰਟ ਦੇ ਵਿੱਚ 5 ਲੀਟਰ ਪਾਣੀ ਖਿੱਚਦਾ ਜੀ ਟੁੱਲੂ। ਕੀ ਬਾਤ ਹੈ! ਤੇ ਮਤਲਬ ਇਹ ਹੈ ਵੀ ਜੇ ਅਸੀਂ ਗਵਾਂਢੀਆਂ ਦੇ ਪਾਣੀ ਦੀ ਚੋਰੀ ਕਰਨੀ ਹੋਵੇ ਤਾਂ ਜੇਬ 'ਚ ਤੁਹਾਡੇ ਵਾਲੀ ਮੋਟਰ ਪਾ ਕੇ ਲੈ ਜਾਵੇ ਬੰਦਾ, ਹੈ ਕਿ ਨਹੀਂ? ਹਾਂਜੀ। ਤੇ ਫਿਰ ਇਹਦਾ ਮਤਲਬ ਇਹ ਵੀ ਇਹ ਪੰਜਾਬੀ ਸੋਚ ਨਹੀਂ ਹੈ, ਇਹ ਤਾਂ ਜਾਪਾਨੀ ਸੋਚ ਹੋ ਗਈ, ਕਿਉਂਕਿ ਜਾਪਾਨੀ ਜਿਹੜੀ ਵੀ ਚੀਜ਼ ਸੋਚਦੇ ਆ ਉਹ ਛੋਟੇ ਬਣਾਉਣ ਦੀ ਕੋਸ਼ਿਸ਼ ਕਰਦੇ, ਕਿ ਨਹੀਂ? ਹਾਂਜੀ ਹਾਂਜੀ। ਤੇ ਮਤਲਬ ਇਹਦਾ ਕੋਈ ਸਪੇਅਰ ਪਾਰਟ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦਾ, ਤੇ ਸਾਰੀਆਂ ਚੀਜ਼ਾਂ ਸਪੇਅਰ ਪਾਰਟ ਜੇ ਇਹਦਾ ਰਿਪੇਅਰ ਕਰਨੀ ਹੋਵੇ ਤਾਂ ਹੱਥੀਂ ਤਿਆਰ ਹੋਊਗਾ ਜੀ। ਅੱਛਾ ਜੀ, ਹਾਂਜੀ, ਸਾਰੇ ਵਰਕਿੰਗ ਮਾਡਲ? ਵਰਕਿੰਗ ਮਾਡਲ ਹੈ ਜੀ। ਅੱਛਾ, ਇਹ ਦੱਸੋ ਵੀ ਬਹਾਦਰ ਸਿੰਘ ਜੀ ਵੀ ਅੱਜ ਕੱਲ੍ਹ ਕੋਈ ਹੋਰ ਪ੍ਰੋਜੈਕਟ 'ਤੇ ਕੰਮ ਕਰ ਰਹੇ ਹੋ ਤੁਸੀਂ? ਹਾਂਜੀ, ਮੈਂ ਗੁਰਦੁਆਰਾ ਸਾਹਿਬ ਦਾ ਬਹੁਤ ਸੁੰਦਰ ਮਾਡਲ ਤਿਆਰ ਕੀਤਾ ਸੀਗਾ ਥਰਮਲ ਕੋਲ ਦੇ ਨਾਲ, ਤੇ ਉਹ ਪਥਰਾਲੇ ਪਿੰਡ ਦੇ ਵਿੱਚ ਸ਼ੀਸ਼ੇ ਦੇ ਕੈਬਨ ਦੇ ਵਿੱਚ ਰੱਖਿਆ ਹੋਇਆ ਮਾਡਲ, ਤੇ ਬਹੁਤ ਸੋਹਣਾ ਮਾਡਲ ਹੈ। ਉਹ ਸੰਗਤ ਉੱਥੇ 10ਵੀਂ ਦਾ ਮੇਲਾ ਲੱਗਦਾ ਤੇ ਦਰਸ਼ਨ ਕਰਦੀ ਹੈ ਸੰਗਤ, ਵਧੀਆ ਰਿਸਪੌਂਸ ਮਿਲ ਰਿਹਾ। ਕਈ ਜਗ੍ਹਾ ਤੇ ਮੈਨੂੰ ਸਨਮਾਨਿਤ ਕੀਤਾ ਗਿਆ, ਵਿਰਾਸਤ ਮੇਲਿਆਂ ਦੇ ਵਿੱਚ ਸਨਮਾਨਿਤ ਕੀਤਾ ਗਿਆ ਡੀਸੀ ਸਾਹਿਬ ਵੱਲੋਂ। ਮਾਣ ਹੋ ਮਹਿਸੂਸ ਹੁੰਦਾ ਵੀ ਮੈਂ ਕੁਛ ਕਰਕੇ ਦਿਖਾਇਆ ਤਾਂ ਇਹ ਮੇਰੇ ਮਤਲਬ ਅੱਜ ਨਾਮ ਬਣਿਆ, ਆਪਣੇ ਮਾਂ ਬਾਪ ਦਾ, ਆਪਣੇ ਪੰਜਾਬ ਦਾ ਰੋਸ਼ਨ ਕਰਨਾ ਚਾਹੁੰਦਾ ਜੀ। ਕੀ ਬਾਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹਾਦਰ ਸਿੰਘ ਜੀ। ਤੇ ਹੁਣ ਮੈਂ ਸੋਚ ਰਿਹਾ ਵੀ ਆਪਾਂ ਕੋਈ ਐਸੀ ਚੀਜ਼ ਬਣਾਈਏ ਜਿਹਦੇ ਨਾਲ ਕਿ ਵੀ ਦੁਨੀਆ 'ਚ ਅਮਨ ਚੈਨ ਹੋ ਜਾਵੇ, ਉਹਦੇ ਵਾਸਤੇ ਆਪਾਂ ਨੂੰ ਜ਼ਿਆਦਾ ਖਰਚਾ ਨਾ ਕਰਨਾ ਪਵੇ, ਕੋਈ ਛੋਟਾ ਜਿਹਾ ਹੀ ਜੁਗਾੜ ਬਣਾਈਏ, ਕੀ ਖਿਆਲ ਹੈ? ਹਾਂਜੀ ਹਾਂਜੀ, ਜ਼ਰੂਰ ਜੀ। ਅਗਲੇ ਹਫ਼ਤੇ ਇੱਕ ਹੋਰ ਸ਼ੌਕੀਨ ਦੇ ਨਾਲ, ਮੇ ਬੀ 2 ਮੋਰ, ਮੇ ਬੀ 3, ਯੂ ਨੈਵਰ ਨੋ। ਬਈ ਇਹ ਕੀ ਕਰੀਏ, ਹੁਣ ਜਦੋਂ ਅਸੀਂ ਜਾਂਦੇ ਹਾਂ ਪੰਜਾਬ ਦੇ ਦੌਰੇ 'ਤੇ ਸਾਨੂੰ ਇੱਦਾਂ ਦਾ ਦੌਰਾ ਪੈਂਦਾ ਵੀ ਕੰਟਰੋਲ ਹੀ ਨਹੀਂ ਹੁੰਦਾ। ਐਨੀਵੇਜ਼, ਤੁਸੀਂ ਕੰਟਰੋਲ ਰੱਖਿਓ, ਆਲ ਸੀ ਯੂ ਨੈਕਸਟ ਟਾਈਮ। ਇਟਸ ਕੂਲ ਟੂ ਬੀ ਪੰਜਾਬੀ। ਚੈਨਲ ਪੰਜਾਬ, ਸ਼ਾਨ ਪੰਜਾਬ ਦੀ।